जिहड़ी नौकरियां अज वालियां ने इन्हां नूं मिला के 28,873 हो गईआं जदों तों असीं गौरमेंट दा कार्यभार संभालिआ 28,873। अज लोकल गौरमेंट दे विच 105 ने जिहदे विच 39 SDOs ने ते 66 जिहड़े ने ਉਹ ਅਕਾਊਂਟਸ ਦੇ ਕਲਰਕ ਨੇ। ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ 'ਚ 117 ਨੇ, 115 ਕਲਰਕ ਅਤੇ 2 ਲਾਇਬ੍ਰੇਰੀਅਨਸ। ਡਿਪਾਰਟਮੈਂਟ ਆਫ PWD 'ਚ 98 ਕਲਰਕ, 2 ਜੂਨੀਅਰ ਡਰਾਫਟਮੈਨ ਅਤੇ 7 PNs। ਅਤੇ ਡਿਪਾਰਟਮੈਂਟ ਆਫ ਜਨਰਲ ਐਡਮਿਨਿਸਟ੍ਰੇਸ਼ਨ ਉਹ 'ਚ 80 ਕਲਰਕਾਂ ਦੀਆਂ ਨੌਕਰੀਆਂ। ਨੌਕਰੀ ਕੋਈ ਵੀ ਛੋਟੀ ਵੱਡੀ ਨਹੀਂ ਹੁੰਦੀ, ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਤੁਹਾਡਾ ਉਹਨੂੰ ਦੇਖਣ ਦਾ ਨਜ਼ਰੀਆ ਛੋਟਾ ਵੱਡਾ ਹੋ ਸਕਦਾ। ਕੋਈ ਪਤਾ ਨਹੀਂ ਕਿਹਦੇ ਸਾਈਨਾਂ ਨਾਲ ਕਿਹਦੀ ਕਿਸਮਤ ਬਦਲ ਜਾਣੀ ਹੈ, ਕੋਈ ਪਤਾ ਨਹੀਂ ਕਿਹਦੇ ਇੱਕ ਫਾਈਲ ਨੂੰ ਇੱਕ ਬੁੱਧਵਾਰ ਰੋਕਣ ਨਾਲ ਕਿਹਦੇ ਘਰ ਜਿਹੜਾ ਚੁੱਲ੍ਹਾ ਬੰਦ ਹੋ ਸਕਦਾ। ਸੋ ਡਿਊਟੀ ਇਜ਼ ਬਿਊਟੀ। ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜੋ ਵੀ ਕੰਮ ਮਿਲਿਆ ਉਹਨੂੰ ਆਪਣਾ ਕਰਮ ਜਾਣ ਕੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਆਹ ਮੇਰੀ ਜਨਮ ਭੂਮੀ ਹੈ, ਆਹ ਮੇਰੀ ਕਰਮ ਭੂਮੀ ਹੈ। ਜਨਮ ਮਤਲਬ ਜਨਮ ਭੂਮੀ ਜਿੱਥੇ ਜੰਮੇ ਸੀ, ਕਰਮ ਭੂਮੀ ਜਿੱਥੇ ਕੰਮ ਕੀਤਾ ਸੀ। ਸੋ ਕਰਮ ਭੂਮੀ ਜਿੱਥੇ ਵੀ ਤੁਹਾਨੂੰ ਹੁਣ ਮਿਲੂਗੀ ਨੌਕਰੀ, ਉਹ ਤੁਹਾਡੀ ਕਰਮ ਭੂਮੀ ਹੈ। ਆਪਣੇ ਵੱਲੋਂ ਕੋਈ ਇਸ ਤਰ੍ਹਾਂ ਦਾ ਕਮੀ ਨਹੀਂ ਛੱਡਣੀ ਕਿ ਤੁਹਾਡਾ ਮੂਡ ਨਹੀਂ ਹੈਗਾ ਉਹਦੇ ਠੀਕ, ਪਰ ਉੱਧਰੋਂ ਕੋਈ ਬੰਦਾ ਤੁਹਾਡੇ ਕੋਲ ਆ ਗਿਆ, ਉਹਦੇ ਜੇ ਕਾਗਜ਼ 'ਤੇ ਸਾਈਨ ਹੁੰਦੇ ਨੇ ਜਾਂ ਉਹਦੀ ਫਾਈਲ ਅੱਗੇ ਤੁਰਦੀ ਹੈ, ਤਾਂ ਤੁਹਾਡੇ ਮੂਡ ਕਰਕੇ ਜਿਹੜਾ ਉਹਦੀ ਫਾਈਲ ਰੁਕ ਜੇ। ਉਲਟਾ ਕਰਕੇ ਦੇਖੋ, ਜਦੋਂ ਮੂਡ ਨਹੀਂ ਠੀਕ ਹੈਗਾ ਤਾਂ ਉਸ ਦਿਨ ਕਿਸੇ ਦਾ ਭਲਾ ਕਰਕੇ ਦੇਖੋ, ਉਹਦੀ ਮੂਡ ਠੀਕ ਹੋ ਜਾਂਦਾ ਵੀ ਯਾਰ ਚਲੋ ਕਿਸੇ ਦੇ ਕੰਮ ਤਾਂ ਆ ਗਏ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ।